ਵਿਸ਼ਵ ਕਬੱਡੀ ਕੱਪ ਇੱਕ ਵਾਰ ਫਿਰ ਪੰਜਾਬ ਦੀ ਧਰਤੀ ਤੇ ਸ਼ੁਰੂ ਹੋ ਚੁੱਕਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਹੋ ਰਿਹਾ ਹੈ। ਵਿਸ਼ਵ ਦੀਆਂ 8 ਚੋਟੀ ਦੀਆਂ ਟੀਮਾਂ ਇਸ ਵਿਸ਼ਵ ਕਬੱਡੀ ਕੱਪ ਦੇ ਵਿੱਚ ਖੇਡ ਰਹੀਆਂ ਨੇ। ਤੋ ਕੈਨੇਡਾ ਦੀ ਟੀਮ ਵੀ ਇੱਕ ਵਧੀਆ ਟੀਮ ਵਜੋਂ ਇਸ ਵਿਸ਼ਵ ਕੱਪ ਵਿੱਚ ਖੇਡ ਰਹੀ ਹੈ। ਜਦੋਂ ਵੀ ਵਿਸ਼ਵ ਕੱਪ ਦਾ ਆਪਾਂ ਨਾਮ ਲੈਂਦੇ ਹਾਂ, ਭਾਰਤ ਪਾਕਿਸਤਾਨ ਤੋਂ ਬਾਅਦ ਕੈਨੇਡਾ ਇੱਕ ਅਜਿਹੀ ਟੀਮ ਹੈ ਜਿਹਨੇ ਆਪਣੀ ਖੇਡ ਦੇ ਨਾਲ ਪ੍ਰਭਾਵਿਤ ਕੀਤਾ ਦਰਸ਼ਕਾਂ ਨੂੰ ਜਾਂ ਕਬੱਡੀ ਖਿਡਾਰੀਆਂ ਨੂੰ। ਜਦੋਂ ਪਾਕਿਸਤਾਨ ਅਤੇ ਕੈਨੇਡਾ ਦੇ ਵਿਚਕਾਰ ਇੱਕ ਵਿਸ਼ਵ ਕਬੱਡੀ ਕੱਪ ਦਾ ਮੈਚ ਖੇਡਿਆ ਗਿਆ ਸੀਗਾ ਪਾਣੀ ਵਾਲੀ ਗਰਾਊਂਡ 'ਤੇ, ਚਿੱਕਰ ਵਾਲੀ ਗਰਾਊਂਡ 'ਤੇ, ਤਾਂ ਉਸ ਮੈਚ ਵਿੱਚ ਜਿਹੜੇ ਕੈਨੇਡਾ ਦੇ ਖਿਡਾਰੀ ਸੀ ਜੱਸਾ ਸਿੱਧਵਾਂ, ਤਾਊ ਤੋਗਾਂਵਾਲ ਦੀਆਂ ਜਿਹੜੀ ਖੇਡ ਸੀ, ਉਹ ਅੱਜ ਵੀ ਦੁਨੀਆ ਉਸ ਖੇਡ ਨੂੰ ਯਾਦ ਰੱਖਦੀ ਹੈ। ਅਤੇ ਉਸੇ ਤਰ੍ਹਾਂ ਦੀ ਟੀਮ ਇੱਕ ਵਾਰ ਫਿਰ ਹੁਣ ਵਰਲਡ ਕੱਪ ਦੇ ਵਿੱਚ ਬਣ ਕੇ ਆਈ ਹੈ। ਚਾਹੇ ਜੱਸਾ ਇਸ ਟੀਮ ਦਾ ਮੈਂਬਰ ਨਹੀਂ ਹੈ, ਤਾਊ ਇਸ ਟੀਮ ਦਾ ਮੈਂਬਰ ਨਹੀਂ ਹੈ, ਪਰ ਉਹਨਾਂ ਦੀ ਰਹਿਣ ਰੁਮਾਈ ਇਸ ਖਿਡਾਰੀਆਂ ਨੂੰ ਪ੍ਰਾਪਤ ਹੈ। ਗੱਲਬਾਤ ਕਰਦੇ ਹਾਂ ਸਾਡੇ ਨਾਲ ਪਹਿਲਾਂ ਟੀਮ ਦੇ ਕਪਤਾਨ ਭੂਰਾ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਭਾਅ ਜੀ ਤੁਹਾਡਾ ਸਵਾਗਤ ਹੈ ਪਹਿਲਾਂ NRI TV ਦੇ ਉੱਤੇ। ਪਹਿਲਾ ਮੈਚ ਤੁਹਾਡਾ ਸੀਗਾ, ਤੁਸੀਂ ਕੀਨੀਆ ਦੇ ਨਾਲ ਖੇਡਿਆ, ਉਹ ਮੈਚ ਜਿੱਤ ਲਿਆ ਤੁਸੀਂ, ਅਤੇ ਹੁਣ ਅਗਲਾ ਜਿਹੜਾ ਮੈਚ ਹੋਣਾ ਉਹ ਕਿਹਦੇ ਨਾਲ ਆ, ਔਰ ਕਿੱਦਾਂ ਦੀ ਉਸ ਨੂੰ ਰਣਨੀਤੀ ਉਸ ਮੈਚ ਨੂੰ ਲੈ ਕੇ? ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਦੇ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀਆਂ ਵਧਾਈਆਂ। ਅਤੇ ਸਾਡਾ ਨੈਕਸਟ ਮੈਚ ਅਮੈਰੀਕਾ ਨਾਲ ਹੈ, ਅਤੇ ਅਮੈਰੀਕਾ ਦੀ ਵਧੀਆ ਟੀਮ ਅਸੀਂ ਉਹਨਾਂ ਦਾ ਥੋੜ੍ਹਾ ਹਾਫ ਮੈਚ ਦੇਖ ਕੇ ਆਏ ਹਾਂ, ਅਤੇ ਟਫ ਮੈਚ ਹੋਊਗਾ। ਸੋ ਕੀਨੀਆ ਦੀ ਵੀ ਟੀਮ ਵਧੀਆ ਸੀ, ਉਹਨਾਂ ਨੂੰ ਮੁੰਡੇ ਸਾਰੇ ਨਵੇਂ ਆ, ਬਹੁਤ ਜ਼ੋਰ ਮਾਰਿਆ ਅਤੇ ਵਧੀਆ ਲੀਡ ਨਾਲ ਉਹਨਾਂ ਨੂੰ ਅਸੀਂ ਜਿੱਤੇ ਹਾਂ। ਸੋ ਫਾਰ ਆਲ ਗੁੱਡ। ਇਸ ਵਾਰ ਜਿਹੜੇ ਖਾਸ ਪਲੇਅਰ ਕੈਨੇਡਾ ਦੀ ਟੀਮ ਦੇ ਵਿੱਚ ਆ, ਜਿਹੜਾ ਜਿਹਨਾਂ ਨੂੰ ਚਰਚਿਤ ਪਲੇਅਰ ਕਿਹਾ ਜਾਂਦਾ, ਉਹ ਕਿਹੜੇ ਕਿਹੜੇ ਆ ਭਾਅ ਜੀ? ਉਹਦੇ ਵਿੱਚ ਸਾਡਾ ਮੇਨ ਦਲਜਿੰਦਰ ਆ ਸਾਡਾ, ਅਤੇ ਮੁੰਡਾ ਇਹ ਜਸਕਾਰਨ ਹੈ, ਅਤੇ ਸਾਡਾ ਗੁਰਪ੍ਰੀਤ ਆਇਆ ਨਹੀਂ ਬੁਰਜਹਰੀ ਵਾਲਾ ਰੇਡਰ, ਸੇਠੀ ਹਰਖੋਵਾਲ ਮੇਨ ਆ ਸਾਡਾ, ਸਾਡੇ ਇਹ ਬੰਦੇ ਸਾਰੇ ਮੇਨ ਆ। ਤੋ ਜਿੱਦਾਂ ਕੈਨੇਡਾ ਦੀ ਟੀਮ ਇੱਕ ਵੱਡੀ ਟੀਮ ਵਜੋਂ ਉੱਭਰੀ ਆ ਜਿੰਨੇ ਵੀ ਵਰਲਡ ਕੱਪ ਹੋਏ ਆ, ਕੀ ਜਿਹੜੀ ਇਸ ਵਾਰ ਟੀਮ ਆ ਉਸ ਤਰ੍ਹਾਂ ਦੀ ਤਾਕਤਵਰ ਆ ਟੀਮ? ਹਾਂਜੀ ਹਾਂ ਬਿਲਕੁਲ, ਅਸੀਂ ਸਾਨੂੰ ਜਿੱਤਾਂ ਕਾ ਆਸ ਆ ਵੀ ਅਸੀਂ ਫਾਈਨਲ ਦੇ ਵਿੱਚ ਜਾਵਾਂਗੇ, ਅਤੇ ਇੰਡੀਆ ਦੇ ਨਾਲ ਫਿਰ ਦੇਖਦੇ ਹਾਂ ਕਿੱਦਾਂ ਦਾ ਮੈਚ ਹੋਊਗਾ। ਅਤੇ ਹੁਣ ਕਿਹੜੀ ਖਾਸ ਤਿਆਰੀ ਕੀਤੀ ਆ ਜਦੋਂ ਇੰਡੀਆ ਨਾਲ ਮੁਕਾਬਲਾ ਤੁਹਾਡਾ ਹੋਣਾ, ਉਹਨੂੰ ਲੈ ਕੇ ਕੋਈ ਖਾਸ ਤਿਆਰੀ ਵੀ ਆ ਤੁਹਾਡੀ? ਖਾਸ ਤਿਆਰੀ ਤਾਂ ਈਵਨ ਸਾਰੇ ਪਲੇਅਰਾਂ ਨਾਲ ਅਸੀਂ ਮੈਚ ਖੇਡਦੇ ਹੀ ਰਹਿੰਦੇ ਹਾਂ, ਸਾਨੂੰ ਲਾਈਕ ਆਲਮੋਸਟ ਪਤਾ ਹੀ ਹੁੰਦਾ ਵੀ ਕੀ ਕਰਨਾ, ਪਰ ਉਹ ਟਾਈਮ ਦੇ ਹਿਸਾਬ ਨਾਲ ਪਹਿਲਾਂ ਦੇ ਮੈਚ ਵੀ ਦੇਖਾਂਗੇ ਵੀ ਹੁਣ ਉਹ 'ਚ ਕਈ ਵਾਰੀ ਪਲੇਅਰ ਇੰਜਰ ਵੀ ਹੁੰਦੇ ਆ ਜਾਂ ਕਿੱਦਾਂ ਉਹਨਾਂ ਦੀ, ਉਹਨਾਂ ਨੂੰ ਮੈਚ ਹਜੇ ਕੋਈ ਹੋਇਆ ਨਹੀਂ, ਉਹਨਾਂ ਦੇ ਮੈਚ ਦੇਖਾਂਗੇ ਇੱਕ ਦੋ, ਫਿਰ ਉਸ ਹਿਸਾਬ ਨਾਲ ਅਸੀਂ ਸੋਚਾਂਗੇ ਵੀ ਕੀ ਕਿੱਦਾਂ ਪਲੇ ਕਰਨਾ। ਤੁਹਾਡੀ ਟੀਮ ਦਾ ਕੋਈ ਖਾਸ ਖਿਡਾਰੀ ਜਿਹੜੇ ਉੱਤੇ ਆਲੇ ਦੁਆਲੇ ਜਿਹੜੀ ਤਾਕਤ ਦੇ ਉੱਪਰ ਟੀਮ ਚੱਲਦੀ ਆ ਘੁੰਮਦੀ ਆ, ਜਿਹੜਾ ਮੈਚ ਪਲਟਣ ਦਾ ਜਿਹੜਾ ਜਿੱਥੋਂ ਤਾਕਤ ਰੱਖਦਾ, ਉਹ ਕਿਹੜਾ ਖਿਡਾਰੀ ਹੈ? ਸਾਡੇ ਚਾਰ ਸਾਡੇ ਮੇਨ ਪਲੇਅਰ ਹੈ, ਜਿਹਨਾਂ 'ਚ ਸੇਠੀ ਹੋ ਗਿਆ, ਗੁਰਪ੍ਰੀਤ ਹੋ ਗਿਆ, ਦਲਜਿੰਦਰ ਹੋ ਗਿਆ, ਜਸਕਰਨ ਹੋ ਗਿਆ, ਇਹ ਜਾਣੀ ਚਾਰ ਬੰਦੇ ਆ ਜਿਹੜੇ ਜਾਂ ਸਾਨੂੰ ਜਿੱਦਾਂ ਇਹਨਾਂ ਚਾਰਾਂ ਦੇ ਸਿਰ 'ਤੇ ਸਾਡੀ ਮੇਨ ਜਿੱਦਾਂ ਟੀਮ ਹੈ। ਉਹ ਟੀਮ ਦੇ ਇੱਕ ਹੋਰ ਮੈਂਬਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਅ ਜੀ ਤੁਹਾਡਾ ਨਾਮ ਕੀ ਹੈ ਪਹਿਲਾਂ ਦੱਸਿਓ? ਭਾਈ ਮੈਂ ਦਲਜਿੰਦਰ ਔਜਲਾ। ਅਤੇ ਤੁਸੀਂ ਕੀ ਰੇਡਰ ਹੋ ਜਾਂ ਜਾਫੀ ਹੋ? ਨਹੀਂ ਭਾਈ ਮੈਂ ਜਾਫੀ ਹਾਂ। ਅਤੇ ਕਿੱਦਾਂ ਦਾ ਇਸ ਵਿਸ਼ਵ ਕੱਪ ਨੂੰ ਲੈ ਕੇ ਤਿਆਰੀ ਤੁਹਾਡੀ ਆ? ਭਾਈ ਤਿਆਰੀ ਪੂਰੀ ਆ, ਆਉਣਾ ਪੂਰੇ ਵਜੇ ਤੱਕ ਕਿਹਾ ਵਿੱਚ ਚਾਰ ਮੁੰਡੇ ਅਸੀਂ ਅੱਗੇ ਖੇਡਦੇ ਹਾਂ, ਤਾਂ ਚਾਰ ਪੰਜ ਮੁੰਡੇ ਨਵੇਂ ਆ। ਸੋ ਉਹ ਰਣਨੀਤੀ ਨਾਲ ਹੁਣ ਮੋਹਗੇ ਮੋਹਲਾ ਮੈਚ ਸਾਡਾ ਅਮਰੀਕਾ ਨਾਲ ਆ, ਉਹ ਵੀ ਮੁੰਡੇ ਵਧੀਆ ਵਧੀਆ ਟੱਕਰ ਦਓਗੇ, ਤਾਂ ਅਸੀਂ ਹੁਣ ਪਲੈਨਿੰਗ ਕੱਲ੍ਹ ਨੂੰ ਰੈਸਟ ਦੇ ਕੱਲ੍ਹ ਨੂੰ ਪਲੈਨਿੰਗ ਕਰਕੇ ਤਾਂ ਅਸੀਂ ਉਸ ਹਿਸਾਬ ਨਾਲ ਮੈਚ ਲਾਉਂਗੇ। ਅਤੇ ਹੋਰ ਵੀ ਖਿਡਾਰੀ ਨੇ ਇਸ ਟੀਮ ਦੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਭਾਅ ਜੀ ਆਪ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸੋਨੂ ਪਾਸਲਾ ਜੀ। ਅਤੇ ਭਾਅ ਜੀ ਪਾਕਿਸਤਾਨ ਨਾਲ ਜਿਹੜਾ ਤੁਹਾਡਾ ਕੈਨੇਡਾ ਦਾ ਮੈਚ ਹੋਇਆ ਸੀ ਉਹ ਯਾਦ ਕੀਤਾ ਜਾਂਦਾ ਅੱਜ ਵੀ, ਅਤੇ ਉਸ ਤਰ੍ਹਾਂ ਦੇ ਮੈਚ ਇਸ ਵਾਰ ਕੋਈ ਹੋਣ ਵਾਲਾ ਕਿਸੇ ਟੀਮ ਨਾਲ? ਹਾਂਜੀ ਜਿਹੜੀਆਂ ਜਿੱਦਾਂ ਅਮੈਰੀਕਾ ਦੀ ਟੀਮ ਸਾਡੀ ਟੀਮ ਦੇ ਬੈਲੈਂਸ ਹੈ, ਕਾਫੀ ਟੀਮਾਂ ਬੈਲੈਂਸ ਹੈ ਇੰਡੀਆ ਨੂੰ ਛੁੱਟ ਕੇ, ਅਤੇ ਮੇਰੇ ਹਿਸਾਬ ਨਾਲ ਕਾਫੀ ਮੈਚ ਜਿਹੜੇ ਆ ਉਹ ਫਸਣਗੇ ਅਤੇ ਯਾਦਗਾਰੀ ਬਣਨਗੇ। ਅਤੇ ਤੁਹਾਡੀ ਕੀ ਤਿਆਰੀ ਆ ਔਰ ਕਿਹੜੀ ਪੋਜੀਸ਼ਨ 'ਤੇ ਤੁਸੀਂ ਖੇਡਣ ਵਾਲੇ ਆ? ਮੈਂ ਜਾਫੀ ਖੇਡਦਾ ਹਾਂ, ਇਹ ਨੈਕਸਟ ਸਾਡਾ ਅਮੈਰੀਕਾ ਨਾਲ ਮੈਚ ਆ, ਅਤੇ ਸਾਡੇ ਬੰਦਿਆਂ ਦੀ ਪੂਰੀ ਤਿਆਰੀ ਆ ਬਾਕੀ। ਅਤੇ ਭਾਅ ਜੀ ਤੁਹਾਡਾ ਕੀ ਨਾਮ? ਜਸਕਰਨ ਜੈਰਾਮਪੁਰ ਜੀ। ਅਤੇ ਤੁਹਾਡੀ ਕੀ ਤਿਆਰੀ ਆ ਇਸ ਵਰਲਡ ਕੱਪ ਨੂੰ ਲੈ ਕੇ? ਇਹੀ ਮੈਂ 10 ਕੁ ਦਿਨ ਪਹਿਲਾਂ ਆ ਗਿਆ ਸੀ ਮਿਹਨਤ ਕਰਨ ਲਈ, ਇਹੀ ਤਿਆਰੀਆਂ ਵਰਲਡ ਕੱਪ ਲਈ ਕਰਨੀਆਂ ਸੀ, ਨਾਲੇ ਮਿਹਨਤ ਪੂਰੀ ਕੀਤੀ ਹੋਈ ਆ। ਦੇਖੋ ਹੁਣ ਪਰਮਾਤਮਾ ਕਿਰਪਾ ਕਰੇ ਵਧੀਆ ਪ੍ਰਦਰਸ਼ਨ ਦਊਂਗਾ। ਤੁਹਾਡਾ ਸਿੱਖ ਸਰਦਾਰੋਂ ਤੁਰ, ਜਦੋਂ ਸਿੱਖ ਸਰਦਾਰ ਕੋਈ ਮੈਚ ਖੇਡਦਾ ਬੜੀ ਤੱਕਦੀ ਆ ਦੁਨੀਆ, ਔਰ ਇਸ ਚੀਜ਼ ਦਾ ਤੁਹਾਨੂੰ ਕਿੱਦਾਂ ਕੁ ਫਾਇਦਾ ਮਿਲਦਾ? ਬਹੁਤ ਖੁਸ਼ੀ ਹੁੰਦੀ ਹੈ ਸਾਰੇ, ਜਦੋਂ ਆਸਟ੍ਰੇਲੀਆ ਵੀ ਖੇਡ ਕੇ ਆਇਆ ਸੀ ਉੱਥੇ ਵੀ ਸਾਰਿਆਂ ਨੇ ਪਸੰਦ ਕੀਤਾ ਸੀ, ਪੈਸੇ ਬਹੁਤ ਦਿੱਤੇ ਲੋਕਾਂ ਨੇ, ਖੇਡ ਵਧੀਆ ਲੱਗੀ, ਨਾਲੇ ਇੱਕ ਸਿੰਘ ਦੇ ਕਰਕੇ ਉਹਨਾਂ ਨੇ ਜ਼ਿਆਦਾ ਖੁਸ਼ੀ ਮਾਣ ਕੀਤੀ, ਨਾਲੇ ਉਹੀ ਉਹਦੇ ਕਰਕੇ ਮੈਂ ਵੀ ਖੇਡੀ ਇੰਨਾ ਵਧੀਆ। ਤੁਸੀਂ ਕਿੰਨੇ ਚਿਰ 'ਚੋਂ ਰਹਿ ਰਹੇ ਹੋ ਕੈਨੇਡਾ ਦੇ ਵਿੱਚ? ਮੈਂ ਉੱਥੇ ਤਾਂ ਜੰਪ ਵਾਲੀ ਹਾਂ, ਹੁਣ 24 ਸਾਲਾਂ ਦਾ ਹੋ ਗਿਆ।
ਉੱਥੇ ਇੱਕ ਭਲਵਾਨੀ ਵੀ ਕੀਤੀ ਆ, ਸੌਕਰ ਵੀ ਖੇਡਦੇ ਰਹੇ, ਦੌੜਾਂ ਦੇ ਵੀ ਵਿੱਚ ਭੱਜਦੇ ਰਹੇ, ਨਾਲੇ ਇੱਦਾਂ ਹੀ ਫਿਰ ਕਬੱਡੀ ਦੇ ਡੈਡੀ ਹੋਣੀ ਮੇਰੇ ਇਹ ਵੀ ਕਬੱਡੀ ਖੇਡਦੇ ਰਹੇ, ਫਾਦਰ ਬਾਬਾ ਜੀ ਵੀ ਉਹ ਵੀ ਕਬੱਡੀ ਖੇਡਦੇ ਰਹੇ, ਇਸੇ ਕਰਕੇ ਮੈਂ ਵੀ ਹੁਣ ਖੇਡਦਾ। ਅਤੇ ਪੰਜਾਬ ਤੋਂ ਤੁਹਾਡਾ ਪਿਛੋਕੜ ਕਿੱਥੋਂ ਦਾ, ਕਿਹੜੇ ਪਿੰਡ ਦੇ ਆ? ਜੈ ਰਾਮਪੁਰ ਆ, ਕਪੂਰਥਲਾ ਜ਼ਿਲ੍ਹਾ ਆ, ਛੋਟਾ ਜਿਹਾ ਪਿੰਡ ਆ, ਨਾਲੇ ਮੈਂ ਕਿਹਾ ਉਹਨਾਂ ਦਾ ਨਾਮ ਰੋਸ਼ਨ ਕਰੂੰਗਾ। ਇਹ ਕਾਲਾ ਸਿੰਘ ਦੇ ਲਾਗੇ ਪਿੰਡ ਹੈ ਜੈ ਰਾਮਪੁਰ, ਅਤੇ ਉਹ ਕਾਲਾ ਸਿੰਘ ਦਾ ਬਹੁਤ ਵੱਡਾ ਨਾਮ ਆ ਕਬੱਡੀ ਦੇ ਵਿੱਚ, ਅਤੇ ਉਹਦਾ ਤੁਹਾਨੂੰ ਫਾਇਦਾ ਮਿਲਦਾ ਵਾ? ਹਾਂਜੀ, ਸੁਭਾਨਪੁਰ ਦੇ ਲਾਗੇ ਆ ਜੈ ਰਾਮਪੁਰ ਲੱਖਣ ਕੇ ਪਟਿਆ ਲਾਗੇ। ਹਾਂਜੀ, ਇਹੀ ਹੁਣ ਮੈਂ ਵੀ ਆਪਦਾ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ, ਮੈਂ ਕਿਹਾ ਸਾਡਾ ਵੀ ਇੱਕ ਜੈ ਰਾਮਪੁਰ ਪਿੰਡ ਮੈਪ ਦੇ ਉੱਪਰ ਆ ਜਾਵੇ, ਨਾਲੇ ਉੱਥੇ ਵੀ ਜਿਹੜੇ ਛੋਟੇ ਨਿਆਣੇ ਮੇਰੇ ਕਰਕੇ ਖੇਡਣ ਡੈ ਪਏ, ਨਸ਼ੇ ਪੱਤੇ ਤੋਂ ਦੂਰ ਰਹੇ, ਇਹੀ ਕੋਸ਼ਿਸ਼ ਹੈ ਮੇਰੀ। ਇਹ ਟੀਮ ਦੇ ਨਾਲ ਆਏ ਨੇ, ਇਹਨਾਂ ਦੇ ਵੀ ਵਿਚਾਰ ਜਾਣ ਲੈਂਦੇ ਹਾਂ। ਇਹ ਕੀ ਨਾਮ ਸਰ ਤੁਹਾਡਾ? ਮੇਰਾ ਨਾਮ ਪ੍ਰੇਮ ਸਿੰਘ ਹੈ ਜੀ। ਇਹ ਟੀਮ ਤੁਸੀਂ ਲੈ ਕੇ ਆਏ ਹੋ, ਵਧੀਆ ਟੀਮ ਹੈ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਬਹੁਤ ਵਧੀਆ, ਮੈਂ ਤਾਂ ਖੁਸ਼ੀ ਮਾਣਿਆ ਵੀ ਜਿੱਤੇ ਆ, ਅਤੇ ਗਾਂਹ ਟਰਾਈ ਆ ਵੀ ਫਾਈਨਲ ਵੀ ਜਿੱਤਣ ਦੀ ਬਸ। ਤੋ ਕਨੇਡਾ ਦੀ ਟੀਮ ਦੀਆਂ ਜਿਹੜੀਆਂ ਤਿਆਰੀਆਂ ਪੂਰੀਆਂ ਨੇ, ਤਿਆਰੀਆਂ ਉਹ ਪੁਖਤਾ ਨੇ, ਔਰ ਵੱਡੇ ਪਲੇਅਰ ਇੱਥੇ ਆਏ ਹੋਏ ਨੇ ਅਤੇ ਹੋਰ ਵੀ ਕਈ ਪਲੇਅਰ ਨੇ, ਗੱਲਬਾਤ ਕਰਦੇ ਹਾਂ। ਹਾਂਜੀ ਭਾਅ ਜੀ, ਅਜੇ ਅਗਰ ਮੈਨੇਜਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਸਰ, ਕੀ ਨਾਮ ਤੁਹਾਡਾ? ਮੇਰਾ ਲਾਲੀ ਢੇਸੀਆ ਜੀ। ਅਤੇ ਕਿੱਦਾਂ ਦੀ ਅੱਜ ਕੱਲ੍ਹ ਇਸ ਟੂਰਨਾਮੈਂਟ ਨੂੰ ਲੈ ਕੇ ਟੀਮ ਦੀ ਤਿਆਰੀ ਆ, ਔਰ ਮੈਨੇਜਮੈਂਟ ਇੱਕ ਅਹਿਮ ਰੋਲ ਕਰਦੀ ਆ, ਅਦਾ ਕਰਦੀ ਜਦੋਂ ਕੋਈ ਟੀਮ ਮੈਚ ਖੇਡਦੀ ਆ, ਤੁਹਾਡਾ ਰੋਲ ਕਿੱਦਾਂ ਰਹਿਣ ਵਾਲਾ? ਸਾਡਾ ਰੋਲ ਵਧੀਆ, ਪਹਿਲਾਂ ਤਾਂ ਮੈਂ ਸਾਰਿਆਂ ਨੂੰ ਗੁਰਪੁਰਬ ਦੀਆਂ 550 ਸਾਲਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਉਹਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ। ਟੀਮ ਸਾਡੀ ਵਧੀਆ ਆ, ਬੈਲੈਂਸ ਟੀਮ ਆ, ਤਿੰਨ ਪਲੇਅਰ ਚਾਰ ਪਲੇਅਰ ਸਾਡੇ ਕੋਲ ਇੱਦਾਂ ਦੇ ਆ ਜਿਹੜੇ ਅੱਗੇ ਵੀ ਤਿੰਨ ਤਿੰਨ ਚਾਰ ਚਾਰ ਕੱਪ ਖੇਡੇ ਹੋ ਆ, ਅਤੇ ਬਾਕੀ ਜਿਹੜੇ 5-6 ਪਲੇਅਰ ਆ ਉਹ ਕੈਨੇਡੀਅਨ ਬੋਰਨ ਆ, ਵਧੀਆ ਟੀਮ ਆ, ਅਤੇ ਪਰਮਾਤਮਾ ਸੱਟ ਫੇਟ ਤੋਂ ਬਚਾਵੇ, ਅਤੇ ਉਮੀਦ ਆ ਵੀ ਬਹੁਤ ਫਾਈਨਲ 'ਚ ਪ੍ਰਵੇਸ਼ ਕਰੂਗੀ ਟੀਮ। ਇਹ ਸਰ ਤੁਹਾਡਾ ਕੀ ਨਾਮ ਜੀ? ਗੁਰਜੀਤ ਸਿੰਘ ਹੈ ਮੈਂ, ਗੁਰਜੀਤ ਸਿੰਘ ਪੁਰੇਵਾ। ਮੈਨੂੰ ਅੱਜ ਬੜੀ ਖੁਸ਼ੀ ਆ ਕਿ ਜਿਹੜਾ ਅੱਜ ਦਾ ਮਤਲਬ ਪਹਿਲੀ ਸ਼ੁਰੂਆਤ ਹੋਈ ਆ ਕੰਪਟੀਸ਼ਨਾਂ ਦੀ, ਕਿ ਕੀਨੀਆ ਦਾ ਜਿਹੜਾ ਕੈਨੇਡਾ ਦਾ ਮੁਕਾਬਲਾ ਹੋਇਆ, ਬਹੁਤ ਸੋਹਣਾ ਮੁਕਾਬਲਾ ਹੋਇਆ, ਲੋਕਾਂ ਨੇ ਬਹੁਤ ਆਨੰਦ ਮਾਣਿਆ। ਜਿਹੜੇ ਕੀਨੀਆ ਦੇ ਪਲੇਅਰ ਸੀ, ਫਿਜੀਕਲੀ ਬਹੁਤ ਸਟਰੋਂਗ ਸੀ, ਬਸ ਥੋੜ੍ਹਾ ਐਕਸਪੀਰੀਅੰਸ ਦੀ ਕਮੀ ਸੀ, ਪਰ ਮੈਚ ਲੋਕਾਂ ਨੇ ਪੂਰਾ ਇੰਜੋਏ ਕੀਤਾ। ਬਾਕੀ ਵੀ ਜਿਹੜੇ ਮੈਚ ਆ ਬੈਲੈਂਸ ਲੈਵਲ 'ਤੇ ਹੋਏ ਆ, ਬਹੁਤ ਸੋਹਣਾ ਪ੍ਰਬੰਧ ਆ, ਸਾਰਾ ਕੁਝ ਠੀਕ ਆ। ਜਿੰਨੇ ਵੀ ਵਰਲਡ ਕੱਪ ਹੋਏ ਆ ਪਹਿਲਾਂ, ਕੈਨੇਡਾ ਦੀ ਟੀਮ ਦਾ ਜਿਹੜਾ ਪ੍ਰਦਰਸ਼ਨ ਆ ਬੇਮਿਸਾਲ ਆ, ਸ਼ਾਨਦਾਰ ਆ। ਜਿਹੜੀ ਹੁਣ ਟੀਮ ਤੁਸੀਂ ਲੈ ਕੇ ਆਏ ਆ, ਇਹ ਉਹ ਟੀਮ ਵੀ ਇੱਦਾਂ ਦੀ ਤਾਕਤ ਰੱਖਦੀ ਆ? ਹਾਂਜੀ, ਮਤਲਬ ਲੱਗਦਾ ਕਿ ਅਸੀਂ ਮਤਲਬ ਟੌਪ 'ਤੇ ਜਾਵਾਂਗੇ, ਕਿ ਪਹਿਲੇ ਦੂਜੇ ਨੰਬਰ ਦੀ ਮਤਲਬ ਸਾਡੀ ਟੀਮ ਹੈਗੀ ਆ। ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ, ਅਤੇ ਹੋਰ ਵੀ ਸਾਡੇ ਨਾਲ ਜਿਹੜੇ ਕੈਨੇਡਾ ਤੋਂ ਆਏ ਨੇ ਕੋਚ ਸਾਹਿਬ ਨੇ ਟੀਮ ਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਸਰ ਪਹਿਲਾਂ ਦੱਸੋ ਤੁਹਾਡਾ ਨਾਮ ਕੀ ਹੈ ਜੀ? ਭਾਈ, ਮੇਰਾ ਨਾਮ ਗੁਰਦੀਪ ਸਿੰਘ ਦੀਪਾ, ਅਤੇ ਮੈਂ ਕੈਨੇਡਾ ਦੀ ਟੀਮ ਵੱਲੋਂ ਪਹਿਲਾਂ ਰੀਪ੍ਰਜੈਂਟ ਕਰਦਾ ਰਿਹਾ, ਖੇਡਦਾ ਰਿਹਾ। ਮੈਂ ਅਤੇ ਮੇਰਾ ਸਨ 13-14 'ਚ ਅਸੀਂ ਦੋਨੇ ਇਕੱਠੇ ਕੈਨੇਡਾ ਦੀ ਟੀਮ ਲਈ ਖੇਡੇ ਵੀ ਹਾਂ, ਐਜ਼ ਏ ਮੈਂ ਕੋਚ ਇਸ ਟੀਮ ਲੈ ਕੇ ਆਇਆ। ਅਤੇ ਕੋਚ ਦਾ ਅਹਿਮ ਰੋਲ ਹੁੰਦਾ ਵਾ ਜਦੋਂ ਕਿਸੇ ਵੀ ਖਿਡਾਰੀ ਨੂੰ ਨਿਖਾਰਨ ਵਾਸਤੇ, ਉਹਦੇ ਵਿੱਚ ਜਿਹੜੀਆਂ ਖੇਡਾਂ ਦੀਆਂ ਬਰੀਕੀਆਂ ਉਹ ਉਹਨੂੰ ਦੇਣ ਵਾਸਤੇ, ਅਤੇ ਕਿਸ ਤਰ੍ਹਾਂ ਦੀ ਤੁਸੀਂ ਤਿਆਰੀ ਕਰਵਾਈ ਆ, ਔਰ ਕਿੰਨਾ ਚਿਰ ਪਹਿਲਾਂ ਤੁਹਾਨੂੰ ਸੱਦਾ ਪੱਤਰ ਆ ਗਿਆ ਸੀ ਵੀ ਤੁਸੀਂ ਇੰਡੀਆ ਖੇਡਣ ਆਓ? ਨਹੀਂ, ਸੱਦਾ ਪੱਤਰ ਤਾਂ ਸਾਨੂੰ ਆਇਆ ਸੀ, ਪਰ ਸਾਡਾ ਸ਼ੋਰ 3-4 ਕੁ ਦਿਨ ਤੋਂ ਹੋਇਆ, ਪਰ ਟੀਮ ਸਾਡੀ ਸਾਰੇ ਜਿਹੜੇ ਮੁੰਡੇ ਆ ਉੱਥੇ ਲੋਕਲ ਟੂਰਨਾਮੈਂਟ ਖੇਡਦੇ, ਅਮੈਰੀਕਾ ਨੌਰਥ ਅਮੈਰੀਕਾ ਸਾਰੇ ਟੂਰਨਾਮੈਂਟ ਖੇਡੇ ਆ, ਪਰ ਸਾਡੀ ਟੀਮ ਵਧੀਆ ਆ, ਬੈਲੈਂਸ 'ਚ ਆ, ਪਰ ਕੁਛ PR ਦਾ ਚੱਕਰ ਪਿਆ ਆ, ਅਤੇ ਉਹ ਸਿਟੀਜਨ ਨਿਆਣੇ ਖੇਡ ਰਹੇ ਆ, ਕਿ ਜਿਹੜੇ ਸਾਡੇ PR ਪਲੇਅਰ ਉੱਥੇ ਬਹੁਤ ਆ, ਜਿਹਨਾਂ ਕੋਲ PR ਆ, ਪਰ ਸਿਟੀਜਨ ਖੇਡ ਸਕਦੇ ਆ, ਅਤੇ ਨਵੇਂ ਮੁੰਡੇ ਇੱਧਰ ਕੈਨੇਡਾ ਦੇ ਬੋਰਨ ਆ, ਚਾਰ ਪਲੇਅਰ ਆ ਜਿਹੜੇ ਆ 4-5 ਵਰਲਡ ਕੱਪ ਜਿਹੜੇ 4 ਪਿਛਲੇ ਖੇਡ ਚੁੱਕੇ ਆ, ਪਰ ਫਿਰ ਕੋਈ ਸਾਡੇ ਕੋਲ ਨਵੇਂ ਪਲੇਅਰ ਆ, ਅਸੀਂ ਉਮੀਦ ਕਰਦੇ ਹਾਂ ਵਾਹਿਗੁਰੂ ਕੇ ਵੀ ਸਾਡੀ ਟੀਮ ਫਾਈਨਲ ਪਹੁੰਚੂਗੀ। ਇਹ 'ਚ ਕੋਈ ਦੋ ਰਹਿ ਨਹੀਂ, ਜਿਹੜੀ ਇੰਡੀਆ ਦੀ ਟੀਮ ਆ ਉਹ ਲਾਰਜ ਟੀਮ ਆ, ਤੁਹਾਨੂੰ ਵੀ ਪਤਾ, ਪਰ ਅਸੀਂ ਫਿਰ ਵੀ ਆਪਣੀ ਟੀਮ ਫਾਈਨਲ ਪਹੁੰਚਾਂਗੇ, ਤਾਂ ਇੰਡੀਆ ਨਾਲ ਵਧੀਆ ਮੈਚ ਪ੍ਰਦਰਸ਼ਨ ਦੇਵਾਂਗੇ। ਕਬੱਡੀ ਪੰਜਾਬੀਆਂ ਦੀ ਮਾਂ ਖੇਡ ਆ, ਔਰ ਇਸ ਮਾਂ ਖੇਡ ਨੂੰ ਜੇ ਉਚਾਈਆਂ 'ਤੇ ਗਈ ਆ ਤਾਂ ਕੈਨੇਡਾ ਦਾ ਬਹੁਤ ਵੱਡਾ ਯੋਗਦਾਨ ਆ। ਕੈਨੇਡਾ ਦੇ ਵੱਡੇ ਪ੍ਰਮੋਟਰਾਂ ਨੇ ਇਹਨੂੰ ਪੈਸਾ ਲਾਇਆ ਇਸ ਗੇਮ 'ਤੇ, ਔਰ ਲੱਖਾਂ ਤੋਂ ਕਰੋੜਾਂ ਦੀ ਗੇਮ ਬਣ ਗਈ, ਪਰ ਆਹ ਵਰਲਡ ਕੱਪ ਇੱਦਾਂ ਦਾ ਆ ਗਿਆ, ਇਹ 'ਚ ਕਰੋੜਾਂ ਤੋਂ ਜਿਹੜੀ ਕਬੱਡੀ ਆ ਇਨਾਮ ਦੇ ਤੌਰ 'ਤੇ ਆਪਾਂ ਦੇਖੀਏ, ਫਿਰ ਲੱਖਾਂ 'ਤੇ ਆ ਗਈ ਆ, ਕਰੋੜਾਂ ਤੋਂ ਘੱਟ ਕੇ ਇਨਾਮ ਲੱਖਾਂ ਵਿੱਚ ਆ ਗਏ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਜੀ, ਨਾਮ ਦੀ ਕੋਈ ਜ਼ਿਆਦਾ ਅਹਿਮੀਅਤ ਨਹੀਂ ਹੈਗੀ ਵੀ ਜਿਹੜੀ ਕਬੱਡੀ ਆ, ਜਿਹੜਾ ਇਹਦਾ ਤੁਸੀਂ ਆ ਟੂਰਨਾਮੈਂਟ ਕਰਾ ਰਹੇ, 2-3 ਸਾਲ ਦਾ ਗੈਪ ਪਿਆ ਗਿਆ ਸੀ, ਉਹ ਵਧੀਆ ਚੀਜ਼ ਆ, ਜਿਹੜੀ ਨਵੀਂ ਪਨੀਰੀ ਆ ਉਹਨੂੰ ਵਧੀਆ ਮਿਲ ਗਿਆ ਇਨਾਮ, ਤਾਂ ਭਾਅ ਜੀ
ਵੱਧ ਹੋਵੇ ਜਾਂ ਘੱਟ ਹੋਵੇ ਇਨਾਮ ਤਾਂ ਕਹਿੰਦੇ ਹੁੰਦੇ ਆ ਕਿਉਂਕਿ ਨਿੱਕਾ ਪੈਸਾ ਹੀ ਬਹੁਤ ਆ, ਪਰ ਜਿਹੜੀ ਇੱਕ ਆ ਜਿਹੜਾ ਸਭ ਤੋਂ ਵਧੀਆ ਸੀਗਾ 550 ਸਾਲਾ ਗੁਰੂ ਨਾਨਕ ਜੀ ਦੇ ਗੁਰਪੁਰਬ 'ਤੇ ਜਿਹੜਾ ਟੂਰਨਾਮੈਂਟ ਇਸ ਦੁਬਾਰਾ ਫਿਰ ਸ਼ੁਰੂ ਹੋਈ ਆ। ਅਸੀਂ ਚਾਹੁੰਦੇ ਹਾਂ ਵੀ ਹਰੇਕ ਸਾਲ ਕੰਟੀਨਿਊ ਪ੍ਰਾਈਜ਼ ਦੀ ਨਹੀਂ ਗੱਲ ਲੱਖਾਂ ਤੋਂ ਕਰੋੜਾਂ ਦੀ ਅਹਿਮੀਅਤ ਨਹੀਂ ਕੋਈ ਰੱਖਦਾ, ਪਰ ਕੰਟੀਨਿਊ ਟੂਰਨਾਮੈਂਟ ਹੋਣੇ ਚਾਹੀਦੇ ਆ। ਇਸ ਤਰ੍ਹਾਂ ਵਰਲਡ ਕੱਪ ਹੋਵੇ, ਬਾਹਰਲੀਆਂ ਜਿੱਦਾਂ ਟੀਮਾਂ ਆਈਆਂ, ਬਾਕੀ ਇੱਧਰਲੇ ਦੇ ਜਿਹੜੇ ਕਿ ਨਸ਼ਿਆਂ ਤੋਂ ਨਿਆਣੇ ਬਚੇ ਰਹਿਣ, ਅਸੀਂ ਤਾਂ ਇਹ ਕਹਿੰਦੇ ਟੂਰਨਾਮੈਂਟ ਹੋਣੇ ਚਾਹੀਦੇ ਆ। ਇੱਕ ਹੋਰ ਮੈਂਬਰ ਨੇ ਕੈਨੇਡਾ ਦੀ ਟੀਮ ਦੇ ਨਾਲ ਆਏ ਹੋਏ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਹਾਂ। ਇਹ ਸਰ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਕੁਲਵੰਤ ਸਿੰਘ ਸ਼ਾਹ ਜੀ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਤੁਹਾਡਾ ਕੀ ਰੋਲ ਹੈ ਇਸ ਟੀਮ ਦੇ ਵਿੱਚ? ਦੇਖੋ ਜੀ, ਮੈਂ ਵਿੱਚ ਬਿਲੋਂਗ ਟੂ ਅਮੈਰੀਕਾ, ਇਹ ਮੇਰੇ ਸੱਜਣ ਨੇ ਜਿਹੜੇ ਕੋਚ ਸਾਹਿਬ ਔਰ ਆਪਣੇ ਜਿੰਨੇ ਵੀ ਪੁਰੇਵਾਲ ਜੀ ਅਤੇ ਸਾਡੀ ਫੈਮਿਲੀ ਮੈਂਬਰ ਨੇ, ਮੈਂ ਬਿਲੋਂਗ ਟੂ ਅਮੈਰੀਕਾ। ਵੈਸੇ ਤੁਸੀਂ ਹੁਣ ਸਪੋਰਟ ਅਮੈਰੀਕਾ ਨੂੰ ਕਰਦੇ ਪਏ ਜਾਂ ਕੈਨੇਡਾ ਨੂੰ? ਮੈਂ ਦੋਨਾਂ ਨੂੰ ਹੀ ਕਰ ਰਿਹਾ, ਕਿਉਂਕਿ ਇੱਧਰ ਮੇਰੇ ਯਾਰ ਆ, ਉੱਧਰ ਮੇਰਾ ਕੰਟਰੀ ਆ। ਹਾਂਜੀ, ਅਤੇ ਦੋਨਾਂ ਨੂੰ ਸਪੋਰਟ ਕਰ ਰਿਹਾ। ਵੈਸੇ ਅਸੀਂ ਸਰ ਹੀ ਵੀ ਜਾਂਦੇ ਰਹੀਦਾ ਭਾਅ ਜੀ, ਹੁਣ ਉੱਥੇ ਹੀ ਸਾਡਾ ਸਟੇ ਹੁੰਦਾ, ਅਸੀਂ ਵੀ ਟੀਮ ਲੈ ਕੇ ਜਾਈਦੀ ਉੱਥੇ, ਤਾਂ ਵਧੀਆ ਬਹੁਤ ਅੱਛਾ, ਔਰ ਜਿਹੜੀਆਂ ਗੇਮਾਂ ਹੈ ਉਹ ਹੋਰ ਪ੍ਰਮੋਟ ਹੋਣੀਆਂ ਚਾਹੀਦੀਆਂ, ਔਰ ਇੱਦਾਂ ਹੀ ਸਾਲ 'ਚ ਇੱਕ ਦੋ ਵਾਰੀ ਮੈਚ ਹੋਣੇ ਚਾਹੀਦੇ ਆ, ਅਤੇ ਬਹੁਤ ਅੱਛੀ ਗੱਲ ਹੈ, ਔਰ ਹੋਣੇ ਚਾਹੀਦੇ ਆ। ਔਰ ਜਿਹੜੇ ਆ ਪਲੇਅਰਾਂ ਨੂੰ ਵੀ ਬੇਨਤੀ ਹੈ ਵੀ ਇਹ ਟੀਕਿਆਂ ਤੋਂ ਥੋੜ੍ਹਾ ਜਿਹਾ ਬਚਾਅ ਰੱਖਣ, ਵੀ ਜਿਹੜਾ ਆਉਣ ਵਾਲੀ ਪਨੀਰੀ ਆ ਉਹ ਇਸ ਤੋਂ ਵਧੀਆ ਸੇਧ ਲੈ ਸਕੇ। ਤੋ ਇਹ ਕੈਨੇਡਾ ਦੀ ਟੀਮ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਤੋ ਅਹਿਮ ਰੋਲ ਬਣ ਜਾਂਦਾ ਕੈਨੇਡਾ ਦੀ ਟੀਮ ਦਾ ਜਦੋਂ ਵੀ ਕਿਤੇ ਵਰਲਡ ਕਬੱਡੀ ਕੱਪ ਦਾ ਆਯੋਜਨ ਹੁੰਦਾ। ਜਿੰਨੇ ਵੀ ਪਹਿਲਾਂ ਕਬੱਡੀ ਕੱਪ ਹੋਏ ਨੇ ਕੈਨੇਡਾ ਨੇ ਵਧੀਆ ਪ੍ਰਦਰਸ਼ਨ ਕੀਤਾ, ਹਾਲਾਂਕਿ ਇਸ ਵਾਰ ਖਿਡਾਰੀ ਥੋੜ੍ਹੇ ਨਵੇਂ ਨੇ, ਜ਼ਿਆਦਾ ਖਿਡਾਰੀ ਉਹ ਨੇ ਜਿਹੜੇ ਕੈਨੇਡਾ ਵਿੱਚ ਹੀ ਪੈਦਾ ਹੋਏ ਨੇ, ਚਾਹੇ ਉਹ ਪੰਜਾਬੀ ਮੂਲ ਦੇ ਨੇ। ਔਰ ਕਈ ਖਿਡਾਰੀਆਂ ਨੂੰ ਸਿਟੀਜ਼ਨਸ਼ਿਪ ਦੀ ਜਿਹੜੀ ਸਮੱਸਿਆ ਆਈ ਆ, ਉਹ PR ਤਾਂ ਹੈਗੇ ਨੇ ਕੈਨੇਡਾ ਦੇ, ਪਰ ਸਿਟੀਜ਼ਨਸ਼ਿਪ ਹੈ ਨਹੀਂ ਉਹਨਾਂ ਦੇ ਕੋਲ, ਇਸ ਕਰਕੇ ਉਹ ਵਰਲਡ ਕੱਪ ਵਿੱਚ ਭਾਗ ਨਹੀਂ ਲੈ ਰਹੇ। ਬਾਵਜੂਦ ਇਸ ਦੇ ਜਿਹੜੀ ਇਹ ਟੀਮ ਆ ਇੱਕ ਮਜ਼ਬੂਤ ਟੀਮ ਨਜ਼ਰ ਆ ਰਹੀ ਹੈ, ਔਰ ਹੋ ਸਕਦਾ ਹੈ ਕਿ ਇਹ ਭਾਰਤੀ ਟੀਮ ਦੇ ਨਾਲ ਜਦੋਂ ਫਾਈਨਲ ਹੋਣਾ ਹੈ, ਸ਼ਾਇਦ ਜੇ ਭਾਰਤੀ ਟੀਮ ਵੀ ਫਾਈਨਲ 'ਚ ਪਹੁੰਚਦੀ ਹੈ ਤਾਂ ਇਹ ਵੀ ਟੀਮ ਫਾਈਨਲ ਵਿੱਚ ਜਾ ਸਕਦੀ ਆ। ਕੈਮਰਾਮੈਨ ਰਾਜਵੀਰ ਸਿੰਘ ਬਰਾੜ ਦੇ ਨਾਲ ਇੰਦਰਜੀਤ ਸਿੰਘ ਚਾਹਲ, NRI ਮੀਡੀਆ।